ਜਗਬਾਣੀ ਟੀਵੀ ਦੇਖ ਰਹੇ ਹੋ ਤੁਸੀਂ। ਇਸ ਵਕਤ ਮੈਂ ਲੋਕ ਸਭਾ ਹਲਕਾ ਪਟਿਆਲਾ ਸੀਟ ਦੇ ਉੱਪਰ ਮੌਜੂਦ ਹਾਂ ਜਿੱਥੇ ਸਿਆਸਤ ਪੂਰੀ ਗਰਮਾਈ ਹੋਈ ਹੈ। 1 ਜੂਨ ਨੂੰ ਵੋਟਾਂ ਪੈ ਚੁੱਕੀਆਂ ਨੇ, 4 ਜੂਨ ਦੀ ਉਡੀਕ ਕੀਤੀ ਜਾ ਰਹੀ ਹੈ ਕਿਉਂਕਿ ਕੱਲ੍ਹ ਨੂੰ ਨਤੀਜੇ ਆਉਣੇ ਨੇ ਕਿਸ ਨੂੰ ਲੋਕ ਆਪਣਾ ਉਮੀਦਵਾਰ ਬਣਾਉਂਦੇ ਨੇ ਜਾਂ ਕਿਸ ਨੂੰ ਲੋਕ ਸਭਾ ਦੇ ਵਿੱਚ ਭੇਜਦੇ ਨੇ, ਇਹ ਵੇਖਣ ਵਾਲਾ ਹੋਵੇਗਾ। ਜੇਕਰ ਪਟਿਆਲਾ ਦੀ ਗੱਲ ਕਰੀਏ, ਪਟਿਆਲਾ ਸ਼ਾਹੀ ਘਰਾਣੇ ਦੀ ਸਿਆਸਤ ਦੇ ਨਾਲ ਜਾਣਿਆ ਜਾਂਦਾ ਹੈ, ਰਾਜੇ ਮਹਾਰਾਜਿਆਂ ਦੇ ਸਮੇਂ ਨਾਲ ਜਾਣਿਆ ਜਾਂਦਾ ਹੈ। ਤਾਂ ਲੋਕ ਇਸ ਵਾਰ ਕਿਸ ਨੂੰ ਉਮੀਦਵਾਰ ਚੁਣ ਰਹੇ ਨੇ, ਕਿਸ ਦੀ ਸਰਕਾਰ ਲੋਕ ਬਣਾ ਰਹੇ ਨੇ, ਉਹ ਲੋਕਾਂ ਤੋਂ ਜਾਣਦੇ ਹਾਂ। ਇਸ ਵਕਤ ਮੈਂ ਪਟਿਆਲਾ ਦੇ ਵਿੱਚ ਮੌਜੂਦ ਹਾਂ, ਪਟਿਆਲਾ ਦੇ ਵਿੱਚ ਲੋਕਾਂ ਤੋਂ ਜਾਣਦੇ ਹਾਂ ਕਿ ਆਖਿਰਕਾਰ ਕਿਸ ਨੂੰ ਉਹ ਉਮੀਦਵਾਰ ਬਣਾ ਰਹੇ ਨੇ, ਕਿਸ ਦੀ ਸਰਕਾਰ ਚੁਣ ਰਹੇ ਨੇ। ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਲੋਕ ਕੀ ਕਹਿੰਦੇ ਨੇ, ਲਾਈਵ ਲੋਕਾਂ ਤੋਂ ਹੀ ਸੁਣਦੇ ਹਾਂ ਕਿ ਕਿਸ ਨੂੰ ਉਹ ਚਾਹ ਰਹੇ ਨੇ ਉਮੀਦਵਾਰ ਬਣਾਉਣਾ, ਕਿਹੜੀਆਂ ਕਿਹੜੀਆਂ ਕੁਆਲਿਟੀਜ਼ ਚੁਣੀਆਂ ਨੇ, ਕਿਸ ਮੁੱਦਿਆਂ ਨੂੰ ਲੈ ਕੇ ਲੋਕਾਂ ਨੇ ਵੋਟ ਪਾਈ ਹੈ। ਕੀ ਨਾਮ ਹੈ ਜੀ ਪਟਿਆਲਾ ਦੀ ਹੋ ਤੁਸੀਂ? ਹਾਂਜੀ, ਜਸਵੀਰ ਸਿੰਘ ਜੀ। ਜਸਵੀਰ ਸਿੰਘ ਹੈ ਜੀ। ਇਸ ਵਾਰ ਫਿਰ ਕਿਸ ਦੀ ਪਾਰਟੀ ਚੁਣ ਰਹੇ ਹੋ, ਕਿਸ ਦੀ ਸਰਕਾਰ ਬਣਾ ਰਹੇ ਹੋ? ਪਾਰਟੀ ਦਾ ਜੀ ਜਾਂ ਤਾਂ ਆਮ ਪਾਰਟੀ ਦਾ ਜ਼ੋਰ ਹੈ, ਜਾਂ ਤਾਂ ਫਿਰ ਇਹਦਾ ਕਾਂਗਰਸ ਦਾ ਜੀ। ਇਹਨਾਂ ਦੇ ਵੈਸੇ ਕਾਂਗਰਸ ਦੇ ਜ਼ਿਆਦਾ ਸਾਰ ਲੱਗਦੇ ਜੀ, ਪਰ ਆਮ ਪਾਰਟੀ ਨੇ ਬਹੁਤ ਸੋਹਣਾ ਕੰਮ ਕਰਿਆ ਵਾ ਜੀ। ਜਿਹੜਾ ਇਹਨੇ ਆਪ ਪਾਰਟੀ ਨੇ ਜਾਣੀ ਬਿਜਲੀ ਫਰੀ ਕੀਤੀ ਹੋਈ ਹੈ ਜਨਤਾ ਨੂੰ, ਬਹੁਤ ਇਹਦਾ ਬਹੁਤ ਜਾਣੀ ਦੁਨੀਆ ਵੈਲਫੇਅਰ ਕਰ ਜਾਣੀ ਹੈ, ਧੰਨਵਾਦ ਕਰਦੀ ਹੈ ਵੀ ਇਸਨੇ ਪਹਿਲੀ ਵਾਰੀ ਜਾਣੀ ਹੈ ਬਿਜਲੀ ਫਰੀ ਹੋਈ ਹੈ। ਇਸ ਕਰਕੇ ਇਸ ਚੀਜ਼ ਨੂੰ ਮੁੱਦੇ ਨੂੰ ਮੁੱਖ ਰੱਖਦਿਆਂ ਹੋਇਆ ਵੀ ਆਪਣਾ ਆਮ ਪਾਰਟੀ ਦੀ ਸਰਕਾਰ ਆਉਣ 'ਚ ਮਤਲਬ ਕਿ ਇਹ ਗੱਲਾਂ ਨੂੰ ਦੇਖ ਕੇ ਤੁਸੀਂ ਵੋਟ ਪਾਈ ਹੈ ਕਿ ਜਿਹੜੀ ਬਿਜਲੀ ਮੁਫਤ ਹੋਈ ਹੈ, ਬਿੱਲ ਜ਼ੀਰੋ ਆ ਰਹੇ ਨੇ, ਹਨਾ, ਉਹਨਾਂ ਨੂੰ ਲੈ ਕੇ ਵੋਟ ਪਾਈਏ ਤੁਸੀਂ? ਹਾਂ, ਉਹਨਾਂ ਨੂੰ ਲੈ ਕੇ ਵੋਟ ਪਾਈਏ, ਉਹਨਾਂ ਨੂੰ ਲੈ ਕੇ ਵੋਟ ਪਾਈਏ ਜਿਹੜੇ ਬਿੱਲ ਜ਼ੀਰੋ ਆ ਰਹੇ ਜੀ। ਜੇਕਰ ਗੱਲ ਕਰੀਏ ਪਟਿਆਲਾ ਦੇ ਵਿੱਚ ਕਿਸ ਦੇ ਅਸਾਰ ਜ਼ਿਆਦਾ ਲੱਗ ਰਹੇ ਨੇ? ਪਟਿਆਲਾ ਸੀਟ ਕਾਫੀ ਅਹਿਮ ਮੰਨੀ ਜਾਂਦੀ ਹੈ, ਸ਼ਾਹੀ ਘਰਾਣੇ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ। ਇਸ ਵਾਰ ਦਲ ਬਦਲਾਂ ਦੀ ਰਾਜਨੀਤੀ ਕਾਫੀ ਹੋਈ ਹੈ ਕਿਉਂਕਿ ਪਾਰਟੀਆਂ ਕਾਫੀ ਬਦਲੀਆਂ ਗਈਆਂ ਨੇ, ਪਰ ਇਸ ਚੀਜ਼ ਨੂੰ ਤਾਂ ਦੇਖ ਕੇ ਆਮ ਪਾਰਟੀ ਉਹ ਆਏਗੀ ਜ਼ਰੂਰ। ਆਮ ਪਾਰਟੀ ਦੀ, ਆਮ ਪਾਰਟੀ ਦੇ ਸਾਰ ਜ਼ਿਆਦਾ ਲੱਗਦੇ ਜੀ, ਹੈ ਜੀ, ਆਮ ਪਾਰਟੀ ਦੇ। ਬਿਲਕੁਲ, ਇਹ ਲੋਕ ਨੇ, ਲੋਕਾਂ ਦਾ ਕੀ ਕਹਿਣਾ ਉਹੀ ਜਾਣਨ ਦੇ ਲਈ ਅਸੀਂ ਪਹੁੰਚੇ ਹੋਏ ਹਾਂ। ਲੋਕ ਸਾਡੇ ਨਾਲ ਮੌਜੂਦ ਨੇ, ਉਹਨਾਂ ਤੋਂ ਜਾਣਦੇ ਕਿ ਆਖਿਰਕਾਰ ਉਹ ਕੀ ਕੁਛ ਕਹਿੰਦੇ ਨੇ ਜਾਂ ਫਿਰ ਕਿਸ ਦੀ ਇਸ ਵਾਰ ਸਰਕਾਰ ਚੁਣ ਰਹੇ ਨੇ। ਕੀ ਨਾਮ ਹੈ ਜੀ ਪਟਿਆਲਾ ਦੀ ਹੋ ਤੁਸੀਂ? ਹਾਂਜੀ ਹਾਂਜੀ, ਅਮਨਦੀਪ ਸਿੰਘ ਪਟਿਆਲਾ ਤੋਂ ਜੀ, ਲੋਕਲ। ਫਿਰ ਇਸ ਵਾਰ ਕਿਸ ਦੀ ਸਰਕਾਰ ਬਣਾ ਰਹੇ ਹੋ, ਕਿਸ ਨੂੰ ਚੁਣ ਰਹੇ ਹੋ? ਇਸ ਵਾਰ ਚਾਂਸ ਦੇਖੋ ਸਾਨੂੰ ਜਿੱਥੋਂ ਮੈਨੂੰ ਫੀਲ ਹੋ ਰਿਹਾ, ਪਰਸਨਲ ਸਾਨੂੰ ਫੀਲ ਹੋ ਰਿਹਾ, ਫੈਮਿਲੀ ਨੂੰ ਆਪ ਦੇ ਚਾਂਸ ਲੱਗਦੇ ਹੈ ਕਿਉਂਕਿ ਉਹਨਾਂ ਨੇ ਬੇਸਿਕ ਗਰਾਊਂਡ 'ਤੇ ਕਈ ਕੰਮ ਕੀਤੇ ਹੈ ਕਿ ਜਿਹੜੇ ਲੋਕਾਂ ਦੇ ਬੇਸਿਕ ਨੀਡਸ ਨੂੰ ਪੂਰਾ ਕੀਤਾ। ਸਭ ਤੋਂ ਵੱਡਾ ਕੀ ਹੈ, ਅੱਜ ਤੱਕ ਆਜ਼ਾਦੀ ਤੱਕ ਨਹੀਂ ਹੋਇਆ ਕਿ ਕਿਸੇ ਨੂੰ ਬਿਜਲੀ ਪੂਰੀ ਤਰ੍ਹਾਂ ਮੁਫਤ ਹੋ ਗਈ ਹੋਏ। ਕਾਗਜ਼ਾਂ ਜ਼ਰੂਰ ਹੋਇਆ ਪਰ ਪ੍ਰੈਕਟੀਕਲੀ ਇਹਨਾਂ ਨੇ ਕੀਤਾ। ਹੋਰ ਸਕੂਲਿੰਗ ਹੋ ਗਿਆ, ਇਹਨਾਂ ਨੇ ਇੰਪਰੂਵਮੈਂਟ ਕੀਤੀਆਂ, ਫਰੀ ਰਾਸ਼ਨ, ਫਰੀ ਕਾਰਡ ਹੋ ਗਏ, ਬੜੀ ਤਰ੍ਹਾਂ ਦੀ ਮੈਡੀਕਲ ਸੁਵਿਧਾਵਾਂ ਦਿੱਤੀਆਂ ਜੋ ਵਿਜ਼ੀਬਲ ਹੈ, ਜੋ ਗਰਾਊਂਡ 'ਤੇ ਦਿਖਦੀਆਂ, ਅਤੇ ਫਿਰ ਉਹ ਲੋਕ ਆਪਣੀ ਸਹੂਲਤਾਂ ਕਿਉਂ ਛੱਡਣਗੇ? ਦੂਜੀ ਪਾਰਟੀ 'ਤੇ ਯਕੀਨ ਨਹੀਂ ਹੁੰਦਾ ਕਿ ਉਹ ਜੇ ਪਾਰਟੀ ਨੂੰ ਛੱਡ ਕੇ ਦੂਜੀ ਨੂੰ ਲਿਆਉਂਦਾ ਕੀ ਉਹ ਸਹੂਲਤਾਂ ਦੇਵੇਗੀ, ਉਹ ਯਕੀਨ ਨਹੀਂ ਬੈਠਦਾ। ਅਤੇ ਤੁਸੀਂ ਮਤਲਬ ਕਿ ਇਸ ਵਾਰ ਆਪ ਸਰਕਾਰ ਨੂੰ ਚੁਣਨਾ ਚਾਹੁੰਦੇ ਹੋ, ਜਿਸ ਤਰ੍ਹਾਂ ਤੁਸੀਂ ਓਪਰਚੁਨਿਟੀਆਂ ਗਿਣਾ ਰਹੇ ਹੋ ਕਿ ਇਹ ਕੁਝ ਸਾਨੂੰ ਦਿੱਤਾ ਗਿਆ? ਇਹ ਬਿਲਕੁਲ, ਇਹ ਇਸੇ ਕਰਕੇ ਜਿਹੜੀ ਗਰੀਬ ਮਿਸ ਜਿਹੜਾ ਮਿਡਲ ਕਲਾਸ ਤਬਕਾ ਅਤੇ ਪੂਰ ਕਾਸਟ ਤਬਕਾ ਉਹ ਕਿਵੇਂ ਛੱਡ ਦੇਗਾ ਆਪਣੀਆਂ ਸਹੂਲਤਾਂ? ਉਹ ਤਾਂ ਇੱਕ ਇੱਕ ਪੈਨੀ ਦਾ ਹਿਸਾਬ ਰੱਖਦਾ, ਇੱਕ ਇੱਕ ਪੈਸੇ ਦਾ, ਅਤੇ ਉਹ ਆਪਣੀਆਂ ਸਹੂਲਤਾਂ ਕਿੱਦਾਂ ਛੱਡ ਦੇਗਾ? ਦੂਜੀ ਪਾਰਟੀ 'ਤੇ ਕਦੀ ਹੋਇਆ ਨਹੀਂ ਅੱਜ ਤੱਕ, ਉਹਨਾਂ ਨੇ ਵਾਅਦੇ ਜ਼ਰੂਰ ਕੀਤੇ, ਜੇ 15 ਲੱਖ ਦੇ ਵਾਅਦੇ ਹੋਣ ਉਹ ਕਦੀ ਅੱਜ ਤੱਕ ਪੂਰੇ ਨਹੀਂ ਹੋਏ, ਇਤਿਹਾਸ 'ਚ ਵੀ ਪੂਰੇ, ਪਰ ਇਹਨਾਂ ਨੇ ਪੂਰੇ ਕੀਤੇ। ਜਿਸ ਤਰ੍ਹਾਂ ਸ਼ਾਹੀ ਘਰਾਣਾ ਕਾਫੀ ਮਸ਼ਹੂਰ ਹੈ ਸਿਆਸਤ ਦੇ ਵਿੱਚ, ਇਸ ਵਾਰ ਦਲ ਬਦਲੂਆਂ ਦੀ ਰਾਜਨੀਤੀ ਕਾਫੀ ਹੋਈ ਹੈ ਕਿ ਪਾਰਟੀਆਂ ਬਦਲੀਆਂ ਗਈਆਂ ਨੇ, ਆਪਣੇ ਚੋਣ ਨਿਸ਼ਾਨ ਬਦਲ ਗਏ ਨੇ ਲੋਕਾਂ ਦੇ, ਹਨਾ। ਜਿਸ ਤਰ੍ਹਾਂ ਪ੍ਰਨੀਤ ਕੌਰ ਦੀ ਗੱਲ ਕਰੀਏ, ਪਹਿਲਾਂ ਕਾਂਗਰਸ ਤੋਂ ਲੜਦੇ ਸੀਗੇ, ਇਸ ਵਾਰ ਬੀਜੇਪੀ 'ਚ ਆ ਕੇ ਕਨਫਿਊਜ਼ਨ ਵੀ ਕਾਫੀ ਹੋਈ ਹੋਏਗੀ। ਕਨਫਿਊਜ਼ਨ ਹੋਈ ਹੈ, ਕੈਡਰ ਟੁੱਟਿਆ, ਉਹਨਾਂ ਦੇ ਦਿਲ ਟੁੱਟ ਗਏ ਲੋਕਾਂ ਦੇ ਵੀ ਆਹ ਕੀ ਹੋ ਗਿਆ, ਅਸੀਂ ਸਾਰੀ ਉਮਰ ਜੁੱਤੀਆਂ ਘਸਾਤੀਆਂ, ਅਸੀਂ ਸਾਰੀ ਉਮਰ ਆਪਣੀ ਜ਼ਿੰਦਗੀ ਘਸਾਤੀ, ਇਹਨਾਂ ਨੇ ਇੱਕ ਇੱਕ
ਇੱਕ ਜੰਪ 'ਚ ਹੀ ਪਾਰਟੀ ਸਾਰੇ ਉੱਧਰ ਜੰਪ ਲਾ ਕੇ ਉੱਧਰ ਚਲੇ ਗਈ, ਕਾਰਨ ਕੀ ਹੋਇਆ, ਆਖਿਰ ਕੀ ਹੋਇਆ ਵੀ ਇਹਨਾਂ ਨੂੰ ਕਿਸੇ ਏਜੰਸੀ ਦਾ ਸ਼ਿਕੰਜਾ ਪਿਆ, ਵੀ ਕੀ ਕਾਰਨ ਕੀ ਹੋਇਆ? ਲੋਕਾਂ ਨੂੰ ਹਜੇ ਤੱਕ ਕਾਰਨ ਨਹੀਂ ਸਮਝ ਆਇਆ, ਲੋਕਾਂ ਨੇ ਦਿਲ ਟੁੱਟੇ ਹੋਏ ਬੁਰੀ ਤਰ੍ਹਾਂ, ਕੈਡਰ ਬੁਰੀ ਤਰ੍ਹਾਂ ਟੁੱਟਿਆ ਹੋਇਆ, ਉਹ ਕਨਫਿਊਜ਼ ਹੋਇਆ ਵੀ ਹੋਇਆ ਕੀ ਹੈ, ਕੋਈ ਸ਼ੱਕ ਨਹੀਂ ਇਹਨਾਂ ਨੇ ਦਿਲ ਤੋੜਿਆ ਕਾਂਗਰਸੀਆਂ ਦੇ। ਜੇਕਰ ਸੈਂਟਰ ਦੀ ਗੱਲ ਕਰੀਏ, ਸੈਂਟਰ ਦੇ ਵਿੱਚ ਫਿਰ ਕਿਸ ਦੀ ਸਰਕਾਰ ਤੁਸੀਂ ਦੇਖਣਾ ਚਾਹੁੰਦੇ ਹੋ? ਜਿਹੜੀ ਦੇਖੋ ਜਿਹੜੀ ਇਹਨਾਂ ਦੇ ਇਲੈਕਸ਼ਨ ਸਰਵੇ ਆ ਰਹੇ ਆ ਉਹ ਇੱਦਾਂ ਸਾਰੇ ਕਹਿੰਦੇ ਕਿ ਮੈਨੂਪੁਲੇਟਡ ਹੈ, ਕਿ ਸਾਰੇ ਇਹ ਪੇਡ ਹੈ, ਕਿ ਵੀ ਇੱਦਾਂ ਦੇ ਵੀ ਇਹਨਾਂ ਦੇ ਇਹਦਾ ਤੱਥ ਕੋਈ ਨਹੀਂ, ਉਹ ਬੀਜੇਪੀ ਸ਼ੋਅ ਕਰ ਰਹੇ ਹੈ 350+। ਪਰ ਜਿਹੜੀ ਕਾਂਗਰਸ ਰੋਲਾ ਪਾ ਰਹੀ ਹੈ ਕਿ ਸਾਨੂੰ ਈਸੀ ਇਲੈਕਸ਼ਨ ਕਮਿਸ਼ਨ ਕੋਲ ਗਏ ਹੈ ਵੀ ਇਹ ਸਾਰੇ ਫੇਕ ਹੈ, ਸਰਵੇ ਬੰਦ, ਬਈ ਇਹਨਾਂ 'ਤੇ ਥੋੜ੍ਹਾ ਜਿਹਾ ਚੈੱਕ ਕੀਤਾ ਜੇ, ਪਹਿਲਾਂ ਜਿਹੜੀ ਬੈਲਟ ਬਾਕਸ ਦੀ ਜਿਹੜੀ ਚਿੱਟ ਪਰਚੀ ਹੈ ਉਹ ਪਹਿਲਾਂ ਕੱਢੀ ਜੇ, ਅਤੇ ਡਿਜੀਟਲ ਕਾਊਂਟਿੰਗ ਬਾਅਦ ਹੀ ਹੋਏ। ਇਹ ਨਾ ਹੋਏ ਕਿ ਡਿਜੀਟਲ ਕਾਊਂਟਿੰਗ ਕਰਕੇ ਉਹ ਡਿਕਲੇਅਰ ਕਰ ਦੇਣ ਅਤੇ ਪਰਚੀਆਂ ਨਾਲ ਮਿਲਾਨ ਹੀ ਨਾ ਹੋਏ, ਕਿਉਂਕਿ ਸੁਪਰੀਮ ਕੋਰਟ ਦੀ ਜੱਜਮੈਂਟ ਹੈ, ਰੂਲਿੰਗ ਆਈ ਪੀ ਹੈ ਇਹ ਇਲੈਕਸ਼ਨ ਵੇਲੇ, ਕਿ ਜਿਹੜਾ ਪਰਚੀਆਂ ਨਾਲ ਮਿਲਾਨ ਪਹਿਲਾਂ ਪਰਚੀਆਂ ਹੋਣ ਅਤੇ ਮੁੜ ਕੇ ਬਾਅਦ ਵਿੱਚ ਡਿਜੀਟਲ ਉਹ ਕਾਊਂਟਿੰਗ ਹੋਏ। ਇਹ ਨਾ ਹੋਏ ਕਿ ਮੇਅਰ ਇਲੈਕਸ਼ਨ ਦੀ ਤਰ੍ਹਾਂ ਚੰਡੀਗੜ੍ਹ ਡਿਜੀਟਲ ਕਾਊਂਟਿੰਗ ਕਰਕੇ ਹੀ ਡਿਕਲੇਅਰ ਕਰ ਦੇਣ। ਬਿਲਕੁਲ, ਅੱਗੇ ਵੀ ਚੱਲਦੇ ਹਾਂ, ਅੱਗੇ ਲੋਕਾਂ ਤੋਂ ਜਾਣਦੇ ਹਾਂ ਕਿ ਆਖਿਰਕਾਰ ਕਿਸ ਦੀ ਸਰਕਾਰ ਬਣਾ ਰਹੇ ਨੇ, ਕਿਸ ਨੂੰ ਚੁਣਦੇ ਜਾਂਦੇ ਨੇ ਇਸ ਵਾਰ, ਫਿਰ ਕਿਸ ਦੀ ਸਰਕਾਰ ਬਣਾ ਰਹੇ ਹੋ, ਕਿਉਂਕਿ ਜਿਸ ਤਰ੍ਹਾਂ ਪਟਿਆਲਾ ਦੀ ਸਿਆਸਤ ਕਾਫੀ ਗਰਮਾਈ ਹੋਈ ਹੈ। ਕੋਈ ਪਤਾ ਨਹੀਂ, ਮਾਲੂਮ ਨਹੀਂ, ਇਹ ਕਿਸਮਤ ਆਪਣੀ ਆਪਣੀ ਹੈ। ਜਿਸ ਤਰ੍ਹਾਂ ਆਮ ਆਦਮੀ ਪਾਰਟੀ ਸਰਕਾਰ ਕੰਮ ਗਿਣਾ ਰਹੀ ਹੈ ਕਿ ਅਸੀਂ ਬਿਜਲੀ ਮੁਫ਼ਤ ਦਿੱਤੀ ਹੈ ਲੋਕਾਂ ਨੂੰ, ਲੋਕ ਕਾਫੀ ਕਹਿ ਰਹੇ ਨੇ ਕਿ ਅਸੀਂ ਉਹਨਾਂ ਨੂੰ ਵੋਟ ਪਾਈ ਹੈ, ਉਹਨਾਂ ਦੀ ਸਰਕਾਰ ਦੇਖਣਾ ਚਾਹੁੰਦੇ ਆ। ਬਿਜਲੀ ਦਿੱਤੀ, ਉਹਨਾਂ ਨੇ ਮਾਫ਼ ਕੀਤੀ ਹੈ, ਤੇ ਮੋਦੀ ਨੇ ਆਪਣਾ ਪੈਨਸ਼ਨ ਦਿੱਤੀ ਹੈ, ਹੋਰ ਦੱਸੋ ਕੋਈ ਪਤਾ ਨਹੀਂ ਹੈ, ਮਾਲੂਮ ਨਹੀਂ ਹੈ। ਤੁਸੀਂ ਕਿਸ ਨੂੰ ਵੇਖਣਾ ਚਾਹੁੰਦੇ ਹੋ ਇਸ ਵਾਰ ਪਟਿਆਲਾ ਦੇ ਵਿੱਚ? ਕੋਈ ਮਾਲੂਮ, ਪਟਿਆਲਾ ਦੇ ਵਿੱਚ ਜਿਸ ਤਰ੍ਹਾਂ ਡਾਕਟਰ ਧਰਮਵੀਰ ਗਾਂਧੀ ਹੈ ਕਾਂਗਰਸ ਤੋਂ, ਪਰਨੀਤ ਕੌਰ ਬੀਜੇਪੀ ਤੋਂ ਨੇ, ਐਨ ਕੇ ਸ਼ਰਮਾ ਆਏ ਨੇ ਅਕਾਲੀ ਦਲ ਤੋਂ, ਹਨਾ ਡਾਕਟਰ ਬਲਬੀਰ ਸਿੰਘ ਆਮ ਆਦਮੀ ਪਾਰਟੀ ਤੋਂ, ਕਿਹੜਾ ਉਮੀਦਵਾਰ ਜ਼ਿਆਦਾ ਵਧੀਆ ਲੱਗਦਾ? ਤਾਂ ਕਹਿੰਦੇ ਮਹਾਰਾਣੀ ਪਨੀਤ ਕੌਰ ਦਾ ਹੀ ਹੈ ਵੈਸੇ ਤਾਂ, ਕਿਉਂਕਿ ਪਟਿਆਲਾ ਉਸ ਉਹਦੇ ਹੀ ਹਾਰ ਹੈ, ਕਿਉਂਕਿ ਪਟਿਆਲਾ ਉਹੀ ਜੀ ਬਚਾਉਂਦੀ ਹੈ, ਕੁਛ ਵੀ ਹੁੰਦਾ, ਪਾਣੀ ਆਉਂਦਾ ਅੱਗ ਤੋਂ ਉਹਨੇ ਹੀ ਬਚਾਉਣਾ ਹੈ, ਔਰ ਇਹ ਤੋਂ ਇਲਾਵਾ ਹੋਰ ਕੁਛ ਠੀਕ ਹੈ ਸਰ। ਇਸ ਵਾਰ ਪਾਰਟੀਆਂ ਵੀ ਬਦਲੀਆਂ ਨੇ, ਕਈ ਸਿਆਸੀ ਲੀਡਰਾਂ ਨੇ, ਰਾਜ ਘਰਾਣੇ ਨੇ, ਪੂਰੀ ਪਾਰਟੀ ਬਦਲਤੀ, ਕਾਂਗਰਸ ਛੱਡ ਕੇ ਬੀਜੇਪੀ 'ਚ ਆ ਗਏ, ਕਨਫਿਊਜ਼ਨ ਵੀ ਕਾਫੀ ਹੋਈ ਹੋਏਗੀ ਚੁਣਨ ਵੇਲੇ ਕਿ ਭਾਈ ਇਸ ਵਾਰ ਕਿਹੜੀ ਪਾਰਟੀ ਦੇ ਵਿੱਚ ਹੈ? ਕਨਫਿਊਜ਼ਨ ਤਾਂ ਹੁੰਦੀ ਹੈ, ਕਿਉਂਕਿ ਇੱਕ ਦੂਜੇ ਨਾਲ ਚੇਂਜ ਹੋ ਗਈ ਪਾਰਟੀ, ਨਹੀਂ ਤਾਂ ਪਾਰਟੀ ਚੇਂਜ ਨਹੀਂ ਹੁੰਦੀ ਸੀ, ਪਹਿਲੇ ਤਾਂ ਮਹਾਰਾਣੀ ਪਨੀਤ ਕੌਰ ਹੀ ਜਿੱਤਦੀ ਸੀ, ਇਸ ਵਾਰ ਹੁਣ ਪਤਾ ਨਹੀਂ ਕੀ ਹੋ ਸਕਦਾ। ਪਰ ਇਸ ਵਾਰ ਕਿਹੜੇ ਮੁੱਦੇ ਨੂੰ ਲੈ ਕੇ ਵੋਟ ਪਾਈਏ ਤੁਸੀਂ ਵੀ, ਕਿਹੜੇ ਕਿਹੜੇ ਮੁੱਦੇ ਹੈਗੇ ਨੇ ਤੁਹਾਡੇ ਜਿਹੜੇ ਹੈਗੇ ਨੇ ਲੋਕਾਂ ਦੇ? ਬਿਲਕੁਲ, ਇਹ ਲੋਕ ਨੇ ਪਟਿਆਲਾ ਦੇ ਜਿਹੜੇ ਕਹਿ ਰਹੇ ਨੇ ਕਿ ਕਿਸ ਤਰ੍ਹਾਂ ਉਹਨਾਂ ਨੇ ਕਿਹੜੇ ਮੁੱਦੇ ਨੂੰ ਲੈ ਕੇ ਵੋਟ ਪਾਈ ਹੈ, ਜਾਂ ਫਿਰ ਕਿਹੜੀ ਸਰਕਾਰ ਬਣਾ ਰਹੇ ਨੇ, ਕਿਸ ਨੂੰ ਚੁਣ ਰਹੇ ਨੇ, ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਆਖਿਰਕਾਰ ਲੋਕ ਕੀ ਕਹਿੰਦੇ ਨੇ। ਜਿਸ ਤਰ੍ਹਾਂ ਦੁਕਾਨਾਂ ਕਾਫੀ ਨੇ ਪਟਿਆਲਾ ਸ਼ਹਿਰ ਦੇ ਵਿੱਚ, ਮੈਂ ਮੌਜੂਦ ਹਾਂ ਬਈ, ਜਿਸ ਪਰ ਫਿਰ ਕਿਸ ਦੀ ਸਰਕਾਰ ਚੁਣ ਰਹੇ ਹੋ ਪਟਿਆਲਾ ਦੇ ਵਿੱਚ? ਵੈਸੇ ਤਾਂ ਟਾਈਮ ਦੱਸੇਗਾ, ਵੈਸੇ ਤਾਂ ਖੈਰ ਆਮ ਆਦਮੀ ਪਾਰਟੀ ਦੇ ਨਾਲ ਹੀ ਆ ਸੀ, ਅਤੇ ਹੋਰ ਕੁਛ ਪੁੱਛਣਾ ਸਕਦੇ ਹੋ? ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਇਸ ਵਾਰ ਤੁਸੀਂ ਵੋਟ ਪਾਈ ਹੈ? ਜਿਸ ਤਰ੍ਹਾਂ ਪਟਿਆਲਾ ਦੇ ਕਾਫੀ ਮੁੱਦੇ ਨੇ ਅਹਿਮ, ਜਿਸ ਤਰ੍ਹਾਂ ਘੱਗਰ ਦੀ ਗੱਲ ਕਰ ਲਈਏ, SYL ਦੀ ਗੱਲ ਕਰ ਲਈਏ, ਸੜਕਾਂ ਦੀ ਗੱਲ ਕਰ ਲਈਏ, ਕਾਫੀ ਕੁਝ ਮੁੱਦੇ ਨੇ। ਬੁਰਾ ਹਾਲ ਹੈ, ਇਹ ਤਾਂ ਪੰਜਾਬ ਸਰਕਾਰ ਦੀ, ਜਦ ਕਾਂਗਰਸ ਸਰਕਾਰ ਸੀ ਉਸ ਟਾਈਮ 'ਤੇ ਬੁਰਾ ਹਾਲ ਹੈ, ਸਮਾਨੀ ਗੇਟ ਵਾਲਾ ਪਾਸਾ, ਉੱਧਰ ਲੋਕੀ ਸਕੂਟਰ ਲੈ ਕੇ ਨਹੀਂ ਚੱਲ ਸਕਦੇ, ਇੰਨਾ ਬੁਰਾ ਹਾਲ ਹੈ। ਅਤੇ ਜਿਹੜੇ ਟਾਈਲਾਂ ਲਾਈਆਂ ਇਹ ਸਭ ਬੇਕਾਰ ਲੱਗੀਆਂ ਹੋਈਆਂ, ਮੈਂ ਤਾਂ ਇਸ ਤੋਂ ਸਲਿੱਪ ਕਰੇ ਸੀ, ਮੇਰਾ ਤਾਂ ਮੋਢਾ ਅੱਜ ਤੱਕ ਦੁਖਦਾ ਹੈ, ਐਕਸੀਡੈਂਟ ਹੋਇਆ ਮੇਰਾ, ਇਹ ਟਾਈਲਾਂ ਹੀ ਸੜਕਾਂ 'ਤੇ, ਪਹਿਲਾਂ ਤਾਂ ਸੜਕਾਂ ਚੇਂਜ ਹੋਣੀਆਂ ਚਾਹੀਦੀਆਂ ਸਾਰੀਆਂ, ਪੁਰਾਣੀ ਸੜਕਾਂ ਹੀ ਠੀਕ ਸੀਗੀਆਂ ਪਹਿਲਾਂ।
ਕਹਿੰਦੇ ਸ਼ਾਹੀ ਘਰਾਣਾ ਕਾਫੀ ਮਸ਼ਹੂਰ ਹੈ ਸਿਆਸਤ ਦੇ ਨਾਮ ਤੇ, ਕਈ ਵਾਰ ਐਮਪੀ ਰਹਿ ਚੁੱਕੇ ਨੇ ਪ੍ਰਨੀਤ ਕੌਰ, ਪਾਰਟੀ ਵੀ ਬਦਲੀ ਹੈ, ਕਾਫੀ ਕਨਫਿਊਜ਼ਨ ਵੀ ਹੋਈ ਹੋਗੀ ਇਸ ਵਾਰ ਵੋਟ ਪਾਉਣ ਦੇ ਵਿੱਚ ਕਿ ਭਾਈ ਇਹ ਬੰਦਾ ਉਸ ਪਾਰਟੀ ਦੇ ਵਿੱਚ ਹੈਗਾ ਹੈ ਜਾਂ ਕਿਸੇ ਹੋਰ ਪਾਰਟੀ ਦੇ ਵਿੱਚ ਚਲਾ ਗਿਆ। ਅਸੀਂ ਖੈਰ ਦਲ ਬਦਲੋ ਉਹਨਾਂ ਦੇ ਵੋਟ ਪਾਈ ਨਹੀਂ ਕਿਸੇ ਨੂੰ, ਅਸੀਂ ਤਾਂ ਕੈਂਡੀਡੇਟ ਦੇਖ ਕੇ ਵੋਟ ਪਾਈ ਹੈ, ਜਿੰਨੇ ਦਲ ਬਦਲੋ ਸਭ ਛੱਡ ਦਈਏ ਜਿਹੜੇ ਕੋਈ ਕਾਂਗਰਸ ਛੱਡ ਕੇ ਬੀਜੇਪੀ 'ਚ ਬੜੇ ਆ, ਕੋਈ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ 'ਚ ਬੜੇ ਆ, ਪਰ ਸਿਰਫ ਜਿਹੜਾ ਇੱਕ ਪਾਰਟੀ ਨਾਲ ਜਿਹੜਾ ਜੁੜਿਆ ਹੋਇਆ ਸ਼ੁਰੂ ਤੋਂ ਲੈ ਕੇ ਐਂਡ ਤੱਕ, ਅਸੀਂ ਉਸ ਨੂੰ ਵੋਟ ਪਾਈ ਹੈ, ਬਲਵੀਰ ਸਿੰਘ ਨੂੰ ਪਾਈ ਹੈ ਵੋਟ, ਅਸੀਂ ਉਹਦੇ ਨਾਲ ਆ। ਇਸ ਵਾਰ ਐਗਜ਼ਿਟ ਪੋਲ ਕਾਫੀ ਕੁਝ ਬਿਆਨ ਕਰ ਰਹੇ ਨੇ, ਕਈ ਲੀਡਰਾਂ ਨੂੰ ਤਾਂ ਘਬਰਾਹਟ ਵੀ ਸ਼ੁਰੂ ਹੋ ਚੁੱਕੀ ਹੈ ਕਿ ਐਗਜ਼ਿਟ ਪੋਲ ਕੀ ਸਾਫ ਕਰ ਰਹੇ ਨੇ, ਕਿਉਂਕਿ ਜਿਸ ਤਰ੍ਹਾਂ ਬੀਜੇਪੀ ਨੂੰ ਸੀਟਾਂ ਕਾਫੀ ਦਿਖਾ ਰਹੇ ਨੇ। ਬੀਜੇਪੀ ਨੂੰ ਵੋਟ ਤਾਂ ਸਾਰੀ ਵੋਟ ਪਏਗੀ, ਸਾਰੇ ਪਿੰਡਾਂ ਦੀ ਵੋਟ ਤਾਂ ਕੋਈ ਨਹੀਂ ਪੈਣੀ ਇਹਨਾਂ ਨੂੰ, ਕਿਉਂਕਿ ਪਿੰਡਾਂ ਦੇ ਲੋਕ ਤਾਂ ਵੈਸੇ ਹੀ ਖਿਲਾਫ ਇਹਨਾਂ ਦੇ, ਕਿਸਾਨ ਲੋਕ ਤਾਂ ਵੈਸੇ ਹੀ ਬਹੁਤ ਖਿਲਾਫ ਇਹਨਾਂ ਦੇ, ਕਿਸਾਨਾਂ ਦੀਆਂ ਜਿਹੜੀਆਂ ਮਤਲਬ ਮੰਗਾਂ ਇਹਨੇ ਮੰਨੀਆਂ ਨਹੀਂ ਹੈਗੀਆਂ, ਸਮੂਹ ਵਾਰਡਰ ਅਜੇ ਤੱਕ ਦਖਲ ਸੀਲ ਪਿਆ ਹੈਗਾ, ਉਸ ਕਰਕੇ ਨਾ ਪਿੰਡਾਂ ਦੀ ਵੋਟ ਨਹੀਂ ਪੈਣੀ ਬੀਜੇਪੀ ਨੂੰ, ਬੀਜੇਪੀ ਜਿੰਨਾ ਮੇਰੇ ਜ਼ੋਰ ਵਾਲੇ ਇੱਥੇ ਜਿੱਤ ਪੰਜਾਬ 'ਚ ਨਹੀਂ ਜਿੱਤ ਸਕਦੀ। ਅਤੇ ਮਤਲਬ ਕਿ ਹੁਣ ਜੇਕਰ ਸੈਂਟਰ ਦੀ ਗੱਲ ਕਰੀਏ, ਸੈਂਟਰ ਦੇ ਵਿੱਚ ਕਿਸ ਦੀ ਸਰਕਾਰ ਚੁਣਨਾ ਚਾਹੁੰਦੇ ਹੋ ਤੁਸੀਂ, ਸੈਂਟਰ ਦੇ ਵਿੱਚ ਕਿਸ ਦੀ ਸਰਕਾਰ? ਸੈਂਟਰ ਦਾ ਖੈਰ ਬੀਜੇਪੀ ਆਊਗੀ, ਪਰ ਪੰਜਾਬ 'ਚ ਅਸੀਂ ਬੀਜੇਪੀ ਕੋਈ ਵੀ ਲਾਇਕ ਨਹੀਂ ਕਰਦਾ ਹੈਗਾ ਪੰਜਾਬ ਦੇ ਵਿੱਚ, ਸੋ ਸਾਰੀ ਵੋਟ ਥੋੜ੍ਹੀ ਬਹੁਤੀ ਪੈ ਜਾਏਗੀ ਕੁਛ ਕਹਿ ਨਹੀਂ ਸਕਦੇ ਕੋਈ, ਬਾਕੀ ਕੋਈ ਜਿਹੜੀ ਪਾਰਟੀ ਜਿੱਤੇਗੀ ਥੋੜ੍ਹਾ ਜਿਹਾ ਮਾਰਜਨ ਦੇ ਜਾਏਗੀ, ਕਾਂਗਰਸ ਵਾਲੀ ਦੇ ਵਿੱਚ ਥੋੜ੍ਹੀ ਟੱਕਰ ਸੀਗੀ ਆਮ ਆਦਮੀ ਪਾਰਟੀ ਦੇ ਵਿੱਚ, ਅਦਰਵਾਈਜ਼ ਬਾਕੀ ਅਕਾਲੀ ਪਾਰਟੀ ਇਹ ਬੀਜੇਪੀ ਉਹ ਤਾਂ ਨਾ ਮਾਤਰੀ ਮਸਲ। ਮੁਕਾਬਲਾ ਕਿਸਦਾ ਵੇਖ ਰਹੇ ਹੋ ਜੇਕਰ ਪਟਿਆਲਾ ਦੀ ਗੱਲ ਕਰੀਏ? ਪ੍ਰਨੀਤ ਕੌਰ ਕਾਫੀ ਵੱਡਾ ਚਿਹਰਾ ਨੇ ਪਟਿਆਲਾ ਦੇ ਵਿੱਚ, ਡਾਕਟਰ ਧਰਮਵੀਰ ਗਾਂਧੀ ਵੀ ਕਾਫੀ ਵੱਡਾ ਨਾਮ ਨੇ, ਕਿਉਂਕਿ ਪ੍ਰਨੀਤ ਕੌਰ ਨੂੰ ਚਿਹਰੇ ਤਾਂ ਹੈਗੇ ਪਰ ਇਹ ਇਹਨਾਂ ਨੇ ਆਮ ਆਦਮੀ ਪਾਰਟੀ ਛੱਡ ਕੇ ਕੋਈ ਕਾਂਗਰਸ 'ਚ ਜਾ ਰਿਹਾ, ਕੋਈ ਕਾਂਗਰਸ ਛੱਡ ਕੇ ਬੀਜੇਪੀ 'ਚ ਜਾ ਰਹੇ ਹੈ, ਇਸ ਕਰਕੇ ਲੋਕ ਕਨਫਿਊਜ਼ ਸੀਗੇ, ਇਹਨਾਂ ਨੇ ਪਾਰਟੀਆਂ ਨੂੰ ਵੋਟ ਨਹੀਂ ਪਾਈ ਹੈਗੀ, ਇਹਨਾਂ ਬੰਦਿਆਂ ਨੂੰ ਵੋਟ ਪਾਈ ਹੈ ਤਾਂ ਦੇਖ ਕੇ, ਮਤਲਬ ਤੁਸੀਂ ਆਮ ਆਦਮੀ ਪਾਰਟੀ ਚੁਣੀ ਹੈ ਇਸ ਵਾਰ? ਆਦਮੀ ਪਾਰਟੀ ਠੀਕ ਚੱਲ ਰਹੀ ਹੈ, ਮੇਰੇ ਹਿਸਾਬ ਨਾਲ ਤਾਂ ਅੱਜ ਤੱਕ ਠੀਕ ਚੱਲ ਰਹੀ ਹੈ, ਕੋਈ ਦਿੱਕਤ ਨਹੀਂ, ਲੋਕਾਂ ਨੂੰ ਸਹੂਲਤਾਂ ਹੀ ਬਥੇਰੀਆਂ ਮਿਲੀਆਂ, ਅਤੇ ਸਹੂਲਤਾਂ ਜਿਵੇਂ ਬਿਜਲੀ ਲੋਕਾਂ ਨੂੰ ਫਰੀ ਹੈ, ਠੀਕ ਹੈ, ਅਤੇ ਇੱਕ ਜਿਹੜੇ ਇੱਕ ਕਲੀਨਿਕ ਖੁੱਲ੍ਹੇ ਹੋਏ ਜਿਹੜੇ ਆਮ ਆਦਮੀ ਕਲੀਨਿਕ ਖੁੱਲ੍ਹੇ, ਇਹਨਾਂ 'ਚ ਵੀ ਬਹੁਤ ਫਾਇਦਾ ਲੋਕਾਂ ਨੂੰ ਹੋਇਆ, ਠੀਕ ਹੈ, ਤਕਰੀਬਨ ਚੱਲ ਰਿਹਾ ਠੀਕ। ਬਿਲਕੁਲ, ਇਹ ਪਟਿਆਲਾ ਦੇ ਲੋਕ ਨੇ ਜਿਹੜੇ ਦੱਸ ਰਹੇ ਨੇ ਕਿ ਆਖਿਰਕਾਰ ਕਿਸ ਨੂੰ ਇਸ ਵਾਰ ਉਮੀਦਵਾਰ ਬਣਾ ਰਹੇ ਨੇ, ਕਿਉਂਕਿ ਪਟਿਆਲਾ ਸੀਟ ਕਾਫੀ ਅਹਿਮ ਮੰਨੀ ਜਾਂਦੀ ਹੈ ਸਿਆਸਤ ਦੇ ਵਿੱਚ। ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪਟਿਆਲਾ ਤੋਂ ਹੀ ਨੇ, ਮਹਾਰਾਣੀ ਪ੍ਰਨੀਤ ਕੌਰ ਨੇ ਧਰਮ ਪਤਨੀ ਕਈ ਵਾਰ MP ਰਹਿ ਚੁੱਕੇ ਨੇ, ਜੇਕਰ ਪਟਿਆਲਾ ਦੀ ਗੱਲ ਕਰੀਏ ਤਾਂ ਪਟਿਆਲਾ ਤੋਂ ਕਿੰਨੀ ਵਾਰੀ ਲੋਕਾਂ ਨੇ ਪ੍ਰਨੀਤ ਕੌਰ ਨੂੰ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਿਆ ਹੈ, ਤਾਂ ਇਸ ਵਾਰ ਲੋਕ ਆਮ ਆਦਮੀ ਪਾਰਟੀ ਦਾ ਨਾਮ ਬੋਲਦੇ ਹੋਏ ਨਜ਼ਰ ਆ ਰਹੇ ਨੇ, ਤਾਂ ਅੱਗੇ ਵੀ ਚੱਲਦੇ ਹਾਂ ਕਿ ਲੋਕ ਕੀ ਕਹਿੰਦੇ ਨੇ ਜਾਂ ਫਿਰ ਕਿਸ ਦੀ ਸਰਕਾਰ ਇਸ ਵਾਰ ਪੰਜਾਬ ਦੇ ਵਿੱਚ ਜਾਂ ਸੈਂਟਰ ਦੇ ਵਿੱਚ ਬਣਾ ਰਹੇ ਨੇ। ਤੁਸੀਂ ਇਹ ਤਸਵੀਰਾਂ ਵੇਖ ਰਹੇ ਹੋ ਪਟਿਆਲਾ ਦੀਆਂ, ਪਟਿਆਲਾ ਤੋਂ ਲੋਕ ਕੀ ਕਹਿ ਰਹੇ ਨੇ ਇਸ ਵਾਰ, ਗੱਲਬਾਤ ਕਰਦੇ ਹਾਂ ਬਾਈ ਜੀ ਉਹਨਾਂ ਦੇ ਨਾਲ। ਬਾਈ ਜੀ ਫਿਰ ਕਿਸ ਦੀ ਸਰਕਾਰ ਬਣਾ ਰਹੇ ਹੋ ਇਸ ਵਾਰ ਪਟਿਆਲਾ ਦੇ ਵਿੱਚ? ਸਰਕਾਰ ਇਸ ਵਾਰ ਕਾਂਗਰਸ ਕੀ ਬਣੇਗੀ? ਕਾਂਗਰਸ ਕੀ ਕਿਨ ਮੁੱਦੋਂ ਕੋ ਲੈ ਕੇ ਆਪਨੇ ਇਸ ਵਾਰ ਵੋਟ ਡਾਲੀ ਹੈ? ਮਹਿੰਗਾਈ ਕੇ ਸਭ ਸੇ ਜ਼ਿਆਦਾ ਮਹਿੰਗਾਈ ਕੀ ਮਾਰ ਜੋ ਆਮ ਜਨਤਾ ਝੇਲ ਰਹੀ ਹੈ, ਹਮ ਚਾਹਤੇ ਹੈ ਆਮ ਜਨਤਾ ਇਸਸੇ ਦੂਰ ਹੋ। ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਕਾਫੀ ਹਾਈਪ ਹੋ ਰਹੀ ਹੈ ਕਿ ਉਹਨਾਂ ਨੇ ਬਿਜਲੀ ਮੁਫਤ ਦੇ ਰਹੇ ਨੇ ਲੋਕਾਂ ਨੂੰ, ਹੈ ਨਾ, ਬਿੱਲ ਜ਼ੀਰੋ ਆ ਰਹੇ ਨੇ, ਅਤੇ ਜਿਸ ਤਰ੍ਹਾਂ ਹੋਰ ਵੀ ਕਈ ਮੁੱਦਿਆਂ ਦਾ ਹੱਲ ਕੀਤਾ ਉਹਨਾਂ ਨੇ, ਤਾਂ ਉਸਨੂੰ ਕਿਸ ਤਰ੍ਹਾਂ ਵੇਖਦੇ ਹੋ? ਆਮ ਆਦਮੀ ਨੇ ਵੀ ਬਹੁਤ ਕੰਮ ਕੀਆ, ਲੇਕਿਨ ਮੇਨ ਮੁੱਦਾ ਹੈ ਆਮ ਜਨਤਾ ਬਦਲਾਓ ਚਾਹਤੀ ਹੈ, ਬਦਲਾਓ ਹੋਣਾ ਚਾਹੀਏ, ਨਯਾ ਚਿਹਰਾ ਦੇਖਣਾ ਚਾਹਤੀ ਹੈ, ਸਰਕਾਰ ਆਏ ਕੁਛ ਕਾਮ ਕਰੇ ਆਮ ਆਦਮੀ ਕੇ ਲੀਏ, ਕੁਛ ਨਯਾ ਹੋ ਜੋ ਸਰਕਾਰ 10 ਸਾਲ ਸੇ ਆਮ ਜਨਤਾ ਝੇਲ ਰਹੀ ਹੈ ਉਸਸੇ ਬਾਹਰ ਨਿਕਲਣਾ ਚਾਹਤੀ ਹੈ ਜੀ। ਤੋ ਆਪ ਮਤਲਬ ਕਿ ਇਹ ਕਹਿਣਾ ਚਾਹਤੇ ਹੈ ਕਿ ਆਮ ਆਦਮੀ ਪਾਰਟੀ ਨੇ ਕੁਛ ਕਾਮ ਨਹੀਂ ਕੀਆ? ਆਮ ਆਦਮੀ ਨੇ ਕਾਮ ਕੀਆ ਹੈ,
सबसे बड़ा बिजली उसने मुफ्त करा रखी है। तो आपने मतलब किन मुद्दों को लेकर आज वोट डाली है, जैसे 1 जून को वोट हुई, कल नतीजे आने हैं, है ना, कि किस मुद्दों को लेकर वोट डाली है? सबसे ज़्यादा महंगाई को लेकर, महंगाई बहुत है, आम जनता बहुत महंगाई को कम होनी चाहिए। ਬਿਲਕੁਲ ਇਹ ਪਟਿਆਲਾ ਦੇ ਲੋਕ ਨੇ ਜਿਹੜੇ ਕਹਿ ਰਹੇ ਨੇ ਕਿ ਮਹਿੰਗਾਈ ਕਾਫੀ ਹੋ ਚੁੱਕੀ ਹੈ, ਜਿਸ ਤਰ੍ਹਾਂ ਹਰ ਇੱਕ ਚੀਜ਼ ਦੇ ਉੱਪਰ ਟੈਕਸ ਵੱਧਦਾ ਜਾ ਰਿਹਾ ਹੈ। ਅੱਜ ਵੀ ਜਿਹੜੇ ਟੋਲ ਪਲਾਜ਼ੇ ਦੇ ਰੇਟ ਨੇ 5% ਵਧੇ ਨੇ ਪੂਰੇ ਭਾਰਤ ਦੇ ਵਿੱਚ, ਤਾਂ ਉਹਨਾਂ ਮੁੱਦਿਆਂ ਨੂੰ ਲੈ ਕੇ ਲੋਕ ਵੋਟ ਕਰ ਰਹੇ ਨੇ। ਅੱਗੇ ਚੱਲਦੇ ਹਾਂ ਕਿ ਅੱਗੇ ਲੋਕ ਕੀ ਕਹਿੰਦੇ ਨੇ, ਅੱਗੇ ਵੀ ਦੁਕਾਨਾਂ ਦੇ ਵਿੱਚ ਜਾਵਾਂਗੇ ਕਿ ਲੋਕ ਕਿਸ ਦੀ ਇਸ ਵਾਰ ਸਰਕਾਰ ਚੁਣ ਰਹੇ ਨੇ, ਕਿਸ ਦੀ ਪਾਰਟੀ ਬਣਾ ਰਹੇ ਨੇ, ਤਾਂ ਉਹ ਜਾਣਦੇ ਹਾਂ। ਅਤੇ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ। ਬਾਈ ਜੀ, ਫਿਰ ਕਿਸ ਦੀ ਸਰਕਾਰ ਬਣਾ ਰਹੇ ਹੋ ਇਸ ਵਾਰ? ਕਿਸੇ ਦੀ ਨਹੀਂ ਅਜੇ ਤੱਕ, ਕੋਈ ਕਲੀਅਰ ਨਹੀਂ। ਕਿਹੜੇ ਮੁੱਦੇ ਨੂੰ ਲੈ ਕੇ ਵੋਟ ਪਾਈ ਹੈ ਇਸ ਵਾਰ ਤੁਸੀਂ ਪਟਿਆਲਾ ਦੇ ਵਿੱਚ? ਆਮ ਆਦਮੀ ਪਾਰਟੀ। ਕਿਹੜੇ ਮੁੱਦੇ ਨੂੰ ਲੈ ਕੇ ਵੋਟ ਪਾਈ ਹੈ ਇਸ ਵਾਰ? ਕਿਹੜੇ ਮੁੱਦੇ ਨੂੰ ਲੈ ਕੇ ਤੁਸੀਂ ਵੋਟ ਕੀਤੀ ਹੈ, ਕਿਉਂਕਿ ਪਟਿਆਲਾ ਦੇ ਕਾਫੀ ਅਹਿਮ ਮੁੱਦੇ ਨੇ, ਜਿਸ ਤਰ੍ਹਾਂ SYL ਘੱਗਰ ਦੀ ਗੱਲ ਕਰ ਲਈਏ, ਸੜਕਾਂ ਦੀ ਗੱਲ ਕਰ ਲਈਏ, ਮਹਿਲਾਵਾਂ ਦੀ ਸੁਰੱਖਿਆ ਦੀ ਗੱਲ ਕਰ ਲਈਏ, ਕਿਹੜੇ ਮੁੱਦੇ ਨੂੰ ਲੈ ਕੇ ਵੋਟ ਪਾਈ ਹੈ? ਅਸਾਂ ਜੀ ਬਿਜਲੀ ਦੇ ਬਿੱਲ ਜਿਹੜੇ ਹੈ ਉਹਨਾਂ ਦੇ ਕਰਕੇ ਵੋਟ ਮੇਨ। ਕਿਹੜੀ ਸਰਕਾਰ ਤੁਸੀਂ ਪੰਜਾਬ ਦੇ ਵਿੱਚ ਵੇਖਣਾ ਚਾਹੁੰਦੇ ਹੋ, ਸੈਂਟਰ ਦੇ ਵਿੱਚ ਦੇਖਣਾ ਚਾਹੁੰਦੇ ਹੋ? ਭਗਵੰਤ ਮਾਨ ਪੰਜਾਬ 'ਚ ਜੀ, ਬਾਕੀ ਸਾਨੂੰ ਪੰਜਾਬ ਦਾ ਭਗਵੰਤ ਮਾਨ, ਬਾਕੀ ਦਾ ਹੁਣ ਦੇਖੋ ਉੱਥੇ ਕਿਹੜੀ ਆਉਂਦੀ ਹੈ ਕੁਝ ਕਹਿਣ ਨੂੰ। ਤੁਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਲਿੱਤਾ ਹੈ, ਕਿਹੜੀਆਂ ਕਿਹੜੀਆਂ ਓਪਰਚੁਨਿਟੀਆਂ ਉਹਨਾਂ ਨੇ ਦਿੱਤੀਆਂ ਨੇ ਤੁਹਾਨੂੰ, ਉਹ ਗਿਣਾ ਸਕਦੇ ਹੋ? ਜੀ, ਸਰਕਾਰੀ ਨੌਕਰੀਆਂ ਉਹਨਾਂ ਨੇ ਦਿੱਤੀਆਂ ਬਿਨਾਂ ਕਿਸੇ ਭੇਦਭਾਵ ਦੇ, ਬਿਨਾਂ ਕਿਸੇ ਪੈਸੇ ਦੇ। ਬਿਜਲੀ ਦੇ ਬਿੱਲ ਦੇਖ ਲਓ ਤੁਸੀਂ, ਹੋਰ ਬਥੇਰਾ ਕੁਝ ਆ, ਕਰਪਸ਼ਨ ਦੇਖੋ ਕਿੱਥੇ ਖਤਮ ਕਰਤੀ ਬਿਲਕੁਲ ਹੀ ਆ ਵਾ, ਬੜੇ ਮੁੱਦੇ ਹੈਗੇ ਆ ਜੀ, ਜਿਨ੍ਹਾਂ ਕਰਕੇ ਅਸੀਂ ਆਮ ਆਦਮੀ ਪਾਰਟੀ ਦੇ ਨਾਲ। ਜਿਸ ਤਰ੍ਹਾਂ ਸ਼ਾਹੀ ਘਰਾਣਾ ਕਾਫੀ ਮਸ਼ਹੂਰ ਮੰਨਿਆ ਜਾਂਦਾ ਸਿਆਸਤ ਦੇ ਵਿੱਚ, ਪਰਨੀਤ ਕੌਰ ਕਈ ਵਾਰ MP ਰਹਿ ਚੁੱਕੇ ਨੇ, ਲੋਕਾਂ ਨੇ ਜਿਤਾ ਕੇ ਭੇਜਿਆ, ਕਿੰਨੇ ਕੁ ਕੰਮ ਉਹਨਾਂ ਨੇ ਪਹਿਲਾਂ ਆਪਣੇ ਸਮੇਂ ਦੇ ਵਿੱਚ ਕੀਤੇ ਨੇ, ਸੈਂਟਰ ਦੇ ਮੰਤਰੀ ਵੀ ਰਹਿ ਚੁੱਕੇ ਨੇ ਉਹ। ਕਿਰਾਏ ਵੀਰ ਜੀ, ਉਹਨਾਂ ਨੇ ਆਪਣੀ ਵਾਰ ਦੇ ਟਾਈਮ 'ਤੇ ਆਪਣੇ ਕਿਰਾਏ ਆ, ਜਦੋਂ ਪਾਵਰ 'ਚ ਸੀ ਉਹਨਾਂ ਨੇ ਕਿਰਾਏ ਆ, ਪਰ ਫਿਲਹਾਲ ਹੁਣ ਜਿਹੜੀ ਸਰਕਾਰ ਹੈ ਉਹ ਵੀ ਠੀਕ ਕੰਮ ਕਰ ਰਹੀ ਹੈ। ਆਮ ਆਦਮੀ ਪਾਰਟੀ ਚੁਣਨਾ ਚਾਹੁੰਦਾ? ਠੀਕ, ਹਾਂਜੀ। ਇਹ ਪਟਿਆਲਾ ਦੀ ਸਿਆਸਤ ਹੈ, ਜਿਹੜੇ ਸ਼ਾਹੀ ਘਰਾਣਿਆਂ ਦੇ ਨਾਲ ਲੋਕ ਜੁੜੇ ਹੋਏ ਸੀਗੇ, ਇਸ ਵਾਰ ਉਹ ਬਦਲਾਵ ਦੇਖਣਾ ਚਾਹੁੰਦੇ ਨੇ, ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਚੁਣਨਾ ਚਾਹੁੰਦੇ ਨੇ। ਲਗਾਤਾਰ ਤੁਸੀਂ ਵੇਖ ਰਹੇ ਹੋ ਕਿ ਲੋਕ ਕੀ ਕਹਿ ਰਹੇ ਨੇ, ਲੋਕਾਂ ਦਾ ਕੀ ਕੁਝ ਕਹਿਣਾ, ਇਸ ਵਾਰ ਸਰਕਾਰ ਕਿਸ ਦੀ ਬਣਾ ਰਹੇ ਹੋ ਫਿਰ? ਇਸ ਵਾਰ ਕੋਈ ਪਤਾ ਨਹੀਂ ਕਿੰਨੀ ਸਰਕਾਰ ਆਉਣੀ ਹੈ, ਪਰ ਇਹ ਲੱਗ ਰਿਹਾ ਮੇਰੇ ਹਿਸਾਬ ਨਾਲ ਤਾਂ ਅਕਾਲੀ ਦਲ ਜਾਂ ਆਮ ਆਦਮੀ। ਕਿਹੜੇ ਕਿਹੜੇ ਗੱਲਾਂ ਵਧੀਆ ਲੱਗੀਆਂ ਆਮ ਆਦਮੀ ਪਾਰਟੀ ਸਰਕਾਰ ਦਾ ਤੁਸੀਂ ਨਾਮ ਲਿੱਤਾ ਹੈ, ਕੀ ਕੁਝ ਓਪਰਚੁਨਿਟੀਆਂ ਤੁਹਾਨੂੰ ਦਿੱਤੀਆਂ ਗਈਆਂ ਨੇ ਉਹਨਾਂ ਵੱਲੋਂ? ਉਹਨਾਂ ਵੱਲ ਤਾਂ ਸਿਰਫ ਬਿਜਲੀ ਦਾ ਬਿੱਲ ਸਸਤਾ ਦਿੱਤਾ ਗਿਆ, ਬਾਕੀ ਤਾਂ ਕੁਛ ਨਹੀਂ। ਫਰਕ ਪਿਆ ਕਾਫੀ ਕੁਝ ਉਸਦੇ ਨਾਲ, ਜਿਸ ਤਰ੍ਹਾਂ ਬੱਚਤ ਹੋਈ ਹੋਏਗੀ ਉਹ ਪੈਸਿਆਂ ਦੀ? ਪਰ ਜਿਹੜੀ ਪੰਜਾਬ ਸਰਕਾਰ ਪਿਛਲੀ ਸੀ, ਅਕਾਲੀ ਦਲ ਦੀ ਸਰਕਾਰ, ਉਹਨਾਂ ਨੇ ਨੇਤਰਹੀਣ ਦਾ ਕੋਟਾ ਕੱਢਿਆ ਸਪੈਸ਼ਲ, ਜਦੋਂ ਮੈਂ ਆਉਂਦਾ ਸੀ +1 ਦੇ ਵਿੱਚ, ਅੱਜ ਤੋਂ 5-6 ਸਾਲ ਪਹਿਲਾਂ ਆਉਂਦਾ ਸੀ, 1-2 ਵਾਰੀ ਕੱਢਿਆ ਸੀਗਾ, ਉਸ ਤੋਂ ਬਾਅਦ ਨਹੀਂ ਕੱਢਿਆ ਕਿਸੇ ਸਰਕਾਰ ਨੇ ਕੋਟਾ, ਮਤਲਬ ਉਹ ਹੱਲ ਹੋਣਾ ਚਾਹੀਦਾ। ਹਾਂਜੀ ਹਾਂਜੀ, ਤੇ ਬਿਲਕੁਲ ਇਹ ਲੋਕ ਨੇ। ਬਾਈ ਜੀ, ਇਸ ਵਾਰ ਫਿਰ ਕਿਸ ਦੀ ਸਰਕਾਰ ਚੁਣਨਾ ਚਾਹੁੰਦੇ ਹੋ ਜਲਦੀ? ਤੇ ਬਿਲਕੁਲ ਤੁਸੀਂ ਵੇਖ ਰਹੇ ਹੋ ਇਹ ਪਟਿਆਲਾ ਦੀ ਸਿਆਸਤ ਹੈ, ਪਟਿਆਲਾ ਸ਼ਾਹੀ ਘਰਾਣੇ ਦੀ ਸਿਆਸਤ ਦੇ ਨਾਲ ਕਾਫੀ ਜਾਣਿਆ ਜਾਂਦਾ, ਲੇਕਿਨ ਇਸ ਵਾਰ ਲੋਕ ਬਦਲਾਵ ਦੇਖਣਾ ਚਾਹੁੰਦੇ ਨੇ। ਲੋਕ ਕੀ ਕਹਿ ਰਹੇ ਨੇ ਉਹ ਤੁਹਾਨੂੰ ਸੁਣਾਇਆ, ਜਿਸ ਤਰ੍ਹਾਂ ਲੋਕਾਂ ਨੇ ਕਾਫੀ ਕੁਝ ਆਮ ਆਦਮੀ ਪਾਰਟੀ ਦੀਆਂ ਉਪਲਬਧੀਆਂ ਗਿਣਾਈਆਂ ਨੇ, ਕਿ ਉਹਨਾਂ ਨੇ ਕੀ ਕੁਝ ਲੋਕਾਂ ਨੂੰ ਬਿਜਲੀ ਮੁਫਤ ਦਿੱਤੀ, ਜਿਸ ਤਰ੍ਹਾਂ ਨੌਕਰੀਆਂ ਦਿੱਤੀਆਂ, ਤਾਂ ਉਹ ਵੀ ਕੁਝ ਗਿਣਾਇਆ, ਤਾਂ ਅੱਗੇ ਵੱਲ ਵੀ ਚੱਲਾਂਗੇ ਕਿ ਅੱਗੇ ਲੋਕ ਕੀ ਕਹਿੰਦੇ ਨੇ। ਆਖਿਰਕਾਰ ਕਿਹੜੇ ਮੁੱਦੇ ਨੂੰ ਲੈ ਕੇ ਉਹ ਵੋਟ ਕਰ ਰਹੇ ਨੇ, ਜਿਸ ਤਰ੍ਹਾਂ ਅਸੀਂ ਪਟਿਆਲਾ ਸ਼ਹਿਰ ਦੇ ਵਿੱਚ ਮੌਜੂਦ ਹਾਂ, ਇਹ ਸਾਡੇ ਨਾਲ ਰੇਹੜੀ ਚਲਾਉਂਦੇ ਨੇ ਭਾਈ ਸਾਹਿਬ, ਦਿਹਾੜੀ ਕਰਦੇ ਨੇ, ਉਹ ਮੌਜੂਦ ਨੇ। ਬਾਈ ਜੀ, ਪਟਿਆਲਾ ਦੇ ਰਹਿਣ ਵਾਲੇ ਹੋ? ਹਾਂਜੀ ਹਾਂਜੀ। ਇਸ ਵਾਰ ਕਿਸ ਦੀ ਸਰਕਾਰ ਬਣਾ ਰਹੇ ਹੋ ਪੰਜਾਬ ਦੇ ਵਿੱਚ, ਕਿਸ ਨੂੰ ਵੋਟ ਪਾਈਏ ਤੁਸੀਂ? ਮੋਦੀ ਨੂੰ ਪਾਈਏ ਜੀ, ਮੋਦੀ ਨੂੰ।
ਹਾਂਜੀ ਮੋਦੀ ਨੂੰ ਪਾਈ ਹੈ, ਮੋਦੀ ਨੂੰ। ਕਿਹੜੀਆਂ ਗੱਲਾਂ ਨੂੰ ਲੈ ਕੇ ਤੁਸੀਂ ਵੋਟ ਪਾਈ ਹੈ, ਕੀ ਕੁਛ ਦਿੱਤਾ ਗਿਆ ਤੁਹਾਨੂੰ ਉਹਨਾਂ ਵੱਲੋਂ? ਸਾਡੇ ਗਾਰਡਰ ਵਾਲੇ ਸੀ, ਸਾਡਾ ਲੈਂਡਰ ਪੈ ਗਿਆ ਜੀ। ਹਾਂਜੀ ਠੀਕ ਹੈ, ਸਾਡੇ ਹੋਰ ਬਹੁਤ ਮੁੱਦੇ ਸੀ, ਪਾਣੀ ਦੀ ਬਹੁਤ ਤੰਗੀ, ਸਾਨੂੰ ਪਾਣੀ ਨਲਕੇ ਲਾ ਤੇ, ਇਸ ਕਰਕੇ ਅਸੀਂ ਮੋਦੀ ਨੂੰ ਵੋਟ ਪਾਈ ਹੈ ਜੀ। ਜਿਸ ਤਰ੍ਹਾਂ ਪਰਨੀਤ ਕੌਰ ਪਟਿਆਲਾ ਤੋਂ ਉਮੀਦਵਾਰ ਨੇ ਭਾਰਤੀ ਜਨਤਾ ਪਾਰਟੀ ਦੇ, ਬੀਜੇਪੀ ਦੇ, ਉਹਨਾਂ ਨੂੰ ਵੋਟ ਪਾਈਏ ਤੁਸੀਂ? ਉਹ ਮਾਰਾ ਕਿਆ ਕਰੇਗੇ ਵੋਟ ਪਾ ਕਰਤੇ, ਸਾਹਮਣਾ ਪਹਿਲਾਂ ਦੇਖ ਲਓ ਕਿਆ ਹਾਲ ਹੋਏ ਗਿਆ ਪਟਿਆਲੇ ਦਾ, ਠੀਕ ਆ ਕਿ ਨਹੀਂ? ਜਾਂ ਵੋਟਾਂ ਆਉਂਦੀਆਂ ਮਹਾਰਾਣੀ ਖੜੀ ਹੋ ਜਾਂਦੀ ਨਹੀਂ, ਹਾਲ ਚਾਲ ਕਿਸੇ ਪੁੱਛਦਾ ਨਹੀਂ ਕੋਈ ਆ ਕੇ, ਠੀਕ ਆ ਨਹੀਂ? ਇਹ ਬੀਜੇਪੀ ਵਾਲੇ ਹਾਲ ਚਾਲ ਤਾਂ ਪੁੱਛ ਲੈਂਦੇ ਆ ਕੇ ਜੋ ਕੁਛ ਨਹੀਂ, ਸਹੀ ਗੱਲ ਮੈਂ ਕੋਈ ਦੁੱਖ ਨਹੀਂ, ਠੀਕ ਆ ਕਿ ਨਹੀਂ? ਸਾਡੇ ਗਰੀਬ ਬੰਦਿਆਂ ਦੇਖੋ ਗਾਡਰ ਵਾਲੇ ਬਾਬੇ ਕਿਸੇ ਨੇ ਮਾਰ ਕੇ ਪੁੱਤਣਾ, ਰਾਜਾ ਪਹਿਲਾਂ 5 ਸਾਲ ਰਿਹਾ, ਉਹਨੇ ਹਾਲ ਚਾਲ ਪੁੱਛਿਆ ਕੇ, ਠੀਕ ਆ ਕਿ ਨਹੀਂ? ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਬਿੱਲ ਜ਼ੀਰੋ ਕਰਤੇ ਨੇ ਉਹਨਾਂ ਨੇ, ਹੈ ਨਾ, ਹੋਰ ਨੌਕਰੀਆਂ ਦੇਤੀਆਂ ਨੇ, ਉਹ ਉਸ ਦੇ ਨਾਲ ਕੋਈ ਫਰਕ ਪਿਆ ਤੁਹਾਡੇ? ਮਗਰ ਸਾਨੂੰ ਕਿਆ ਫਰਕ ਹੈ, ਜ਼ਿਮੀਂਦਾਰਾਂ ਦੇ 5-5 ਲੱਖ ਮਾਫ਼ ਕਰਤੇ, ਸਾਡਾ ਤਾਂ ਕਿਆ ਹੋ ਗਿਆ ਜੇ ਬਿੱਲ ਮਾਫ਼ ਹੋ ਗਿਆ, ਠੀਕ ਆ ਕਿ ਨਹੀਂ? ਗਰੀਬ ਦਾ ਪਹਿਲਾਂ 500 ਬਿੱਲਾਂ ਦਾ ਕਿਆ ਸਾਲਾ ਜੇ ਮਾਫ਼ ਹੋ ਵੀ ਗਿਆ, ਉਹ ਤਾਂ ਨਹੀਂ 5 ਲੱਖ ਹੋਇਆ, ਗਰੀਬ 25,000 ਰੁਪਇਆ ਕਢਾਉਂਦਾ ਉਹੀ ਕਹਿੰਦੇ ਭਰੋ, ਸਟੱਡੀ ਵਾਲੇ ਉਹੀ ਕਹਿੰਦੇ ਨੇ ਭਰੋ, ਭਰਾ ਕੇ ਹਟਦੇ ਹਾਂ ਜੀ, ਲੋਕਾਂ ਦੇ ਇਹਨਾਂ ਜੱਟਾਂ ਦੇ 5-5 ਲੱਖ ਮਾਫ਼ ਕਰਕੇ ਜੜ ਦੀ ਭਰੇ ਮਾਰਦਾ। ਬਿਲਕੁਲ, ਇਹ ਲੋਕ ਨੇ, ਲੋਕ ਦੱਸ ਰਹੇ ਨੇ ਕਿ ਕਿਸ ਦੀ ਸਰਕਾਰ ਇਸ ਵਾਰ ਪੰਜਾਬ ਦੇ ਵਿੱਚ ਬਣਾ ਰਹੇ ਨੇ। ਅੱਗੇ ਵੱਲ ਨੂੰ ਚੱਲਦੇ ਹਾਂ, ਅੱਗੇ ਲੋਕਾਂ ਤੋਂ ਜਾਣਾਂਗੇ ਕਿ ਆਖਿਰਕਾਰ ਉਹ ਕਿਸ ਦੀ ਸਰਕਾਰ ਚੁਣ ਰਹੇ ਨੇ ਇਸ ਵਾਰ, ਕਿਸ ਨੂੰ ਆਪਣਾ ਉਮੀਦਵਾਰ ਬਣਾ ਰਹੇ ਨੇ, ਕੀ ਕਹਿੰਦੇ ਨੇ ਪਟਿਆਲਾ ਦੇ ਲੋਕ, ਉਹ ਜਾਣਨਾ ਕਾਫੀ। ਅਤੇ ਬਿਲਕੁਲ ਅੰਦਰ ਵੱਲ ਨੂੰ ਚੱਲਦੇ ਹਾਂ, ਅੰਦਰ ਲੋਕਾਂ ਤੋਂ ਜਾਣਦੇ ਹਾਂ ਕਿ ਆਖਿਰਕਾਰ ਕਿਸ ਦੀ ਸਰਕਾਰ ਉਹ ਬਣਾਉਣਗੇ ਜਾਂ ਫਿਰ ਕਿਸ ਨੂੰ ਆਪਣਾ ਉਮੀਦਵਾਰ ਬਣਾ ਰਹੇ ਨੇ। ਬਾਈ ਜੀ, ਫਿਰ ਪਟਿਆਲਾ ਦੀ ਰਹਿਣ ਵਾਲੇ ਹੋ ਤੁਸੀਂ? ਹਾਂਜੀ ਹਾਂਜੀ। ਕਿਸ ਨੂੰ ਇਸ ਵਾਰ ਦੇਖਣਾ ਚਾਹੁੰਦੇ ਹੋ ਉਮੀਦਵਾਰ ਆਪਣਾ, ਜਿਸ ਤਰ੍ਹਾਂ ਪਟਿਆਲਾ ਦੇ ਵਿੱਚ ਸਿਆਸਤ ਕਾਫੀ ਗਰਮਾਈ ਹੋਈ? ਪਟਿਆਲਾ 'ਚ ਆਪਾਂ ਉਹਨੂੰ ਵੇਖਣਾ ਚਾਹੁੰਦੇ ਜਿਹੜਾ ਪਟਿਆਲੇ ਦਾ ਲੋਕਲ ਦਾ ਕੰਮ ਕਰੇ ਅਤੇ ਲੋਕਲ ਹੀ ਇੱਥੇ ਰਹਿਣ ਵਾਲਾ ਬਛਿੰਦਾ ਹੋਵੇ, ਅਸੀਂ ਉਹਨੂੰ ਵੇਖਣਾ ਚਾਹੁੰਦੇ ਹਾਂ ਪਟਿਆਲੇ ਦੀ ਸਿਆਸਤ 'ਚ। ਜਿਸ ਤਰ੍ਹਾਂ ਪਟਿਆਲਾ ਦੇ ਰਹਿਣ ਵਾਲੇ ਤਾਂ ਸਾਰੇ ਹੀ ਜਣੇ ਨੇ, ਜਿਸ ਤਰ੍ਹਾਂ ਡਾਕਟਰ ਧਰਮਵੀਰ ਗਾਂਧੀ ਦੀ ਗੱਲ ਕਰੀਏ ਪਟਿਆਲਾ ਦੀ ਨੇ, ਪਰਨੀਤ ਕੌਰ ਦੀ ਗੱਲ ਕਰੀਏ, ਬਲਵੀਰ ਸਿੰਘ ਦੀ ਗੱਲ ਕਰੀਏ, ਨਹੀਂ ਕੁਛ ਬਾਹਰ ਵਾਲੇ ਵੀ ਸੀਗੇ ਜਿਨ੍ਹਾਂ ਨੇ ਬਾਹਰੋਂ ਆ ਕੇ ਪੇਪਰ ਭਰੇ ਸੀਗੇ, ਪਟਿਆਲੇ ਦੇ 3 ਜਾਂ 4 ਉਮੀਦਵਾਰ ਸੀਗੇ ਜਿਹੜੇ ਪਟਿਆਲੇ ਤੋਂ ਸੀਗੇ, ਬਾਕੀ ਸਾਰੇ ਬਾਹਰ ਵਾਲੇ ਸੀਗੇ, ਜਿਵੇਂ ਅਕਾਲੀ ਦਲ ਦਾ ਲੀਡਰ ਬਾਹਰੋਂ ਆਇਆ ਸੀਗਾ, ਐਵੇਂ ਅਸੀਂ ਪਟਿਆਲੇ ਦੇ ਲੋਕਲ ਜਿਨ੍ਹਾਂ ਨੂੰ ਪਟਿਆਲੇ ਦੇ ਵਿੱਚ ਜਾਂ ਤਾਂ ਪਹਿਲਾਂ ਸਿਆਸਤ 'ਚ ਰਹੇ ਨੇ ਜਾਂ ਪਹਿਲਾਂ ਹੀ ਉਹਨਾਂ ਨੇ ਡੀਲ ਕੀਤੀ, ਅਸੀਂ ਉਹਨੂੰ ਵੇਖਣਾ ਚਾਹੁੰਦੇ ਹਾਂ। ਲੱਗਦਾ ਕਿਹੜਾ ਉਮੀਦਵਾਰ ਵਧੀਆ ਤੁਹਾਨੂੰ, ਕਿਹੜੀ ਪਾਰਟੀ ਵਧੀਆ ਲੱਗਦੀ ਹੈ, ਕਿਹੜੇ ਕਿਹੜੇ ਕੰਮ ਉਹਨਾਂ ਦੇ ਵਧੀਆ ਲੱਗਦੇ ਨੇ? ਪਾਰਟੀ ਤਾਂ ਦੇਖੋ ਇਸ ਟਾਈਮ ਜਿਹੜੀ ਵਧੀਆ ਲੱਗ ਗਈ ਕਾਂਗਰਸ ਲੱਗ ਰਹੀ ਹੈ, ਕਾਂਗਰਸ 'ਚ ਡਾਕਟਰ ਬਲਵੀਰ ਸਿੰਘ ਗਾਂਧੀ ਹੈ, ਗਾਂਧੀ ਧਰਮਵੀਰ ਗਾਂਧੀ ਜੀ ਨੇ ਆਪਣੇ ਕਿਵੇਂ ਸੋਸ਼ਲ ਐਕਟੀਵਿਟੀ ਬਹੁਤ ਵਧੀਆ ਕਰਦੇ ਨੇ, ਅਤੇ ਆਪਣੇ ਉਹਨਾਂ ਦਾ ਕਿਵੇਂ ਹੋਸਪਿਟਲ ਹੈ ਉਹ ਵਧੀਆ ਚੱਲਦਾ ਉਹਨਾਂ ਦਾ, ਉੱਥੇ ਵੀ ਬਹੁਤ ਜ਼ਿਆਦਾ ਸਹਾਇਤਾ ਕਰਦੇ ਨੇ ਹਰ ਇੱਕ ਪੇਸ਼ੈਂਟ ਦੀ, ਕੋਈ ਵੀ ਡਾਕਟਰ ਇੰਨੀ ਨਹੀਂ ਕਰਦਾ ਜਿੰਨੀ ਉਹ ਕਰਦੇ ਨੇ। ਇਸ ਕਰਕੇ ਪਹਿਲਾਂ ਦੀ ਗੱਲ ਕਰੀਏ, ਡਾਕਟਰ ਧਰਮਵੀਰ ਗਾਂਧੀ ਨੇ ਪਰਨੀਤ ਕੌਰ ਨੂੰ ਹਰਾਇਆ ਸੀਗਾ 2014 ਦੇ ਵਿੱਚ, ਕਾਫੀ ਇਨਾਮ ਹੋ ਗਿਆ ਸੀਗਾ, ਕਾਫੀ ਹਾਈਪ ਮਿਲੀ ਸੀਗੀ, ਉਸ ਤੋਂ ਬਾਅਦ ਹਾਰੇ ਵੀ ਸੀਗੇ, ਪਰਨੀਤ ਕੌਰ ਦੁਬਾਰਾ MP ਬਣੇ, ਹੈ ਨਾ, ਇਸ ਵਾਰ ਫਿਰ ਚੋਣਾਂ ਦੇ ਵਿੱਚ ਖੜੇ ਨੇ, ਕਾਂਗਰਸ ਪਾਰਟੀ ਚੁਣੀ ਹੈ ਉਹਨਾਂ ਨੇ, ਕਿਹੜੀ ਕਿਹੜੀ ਗੱਲਾਂ ਵਧੀਆ ਲੱਗਦੀਆਂ ਨੇ ਉਹਨਾਂ ਦੀ? ਧਰਮਵੀਰ ਗਾਂਧੀ ਤੁਹਾਨੂੰ ਦੱਸੀਆਂ ਕਿਹੜੀਆਂ ਗੱਲਾਂ ਵਧੀਆ ਨੇ, ਇਸ ਵਾਰ ਵੀ ਉਹਨਾਂ ਦੀ ਟੱਕਰ ਕਾਫੀ ਚੋਟੀ ਦੀ ਹੋਏਗੀ, ਜਾਂ ਤਾਂ ਪਹਿਲੀ ਜਾਂ ਸੈਕਿੰਡ ਪੋਜੀਸ਼ਨ ਉਹਨਾਂ ਦੀ ਆਏਗੀ। ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਬਿਜਲੀ ਮੁਫਤ ਦਿੱਤੀ ਗਈ ਹੈ, 0 ਬਿੱਲ ਆ ਰਹੇ ਨੇ ਲੋਕਾਂ ਦੇ, ਹੈ ਨਾ, ਉਸ ਦੇ ਨਾਲ ਵੀ ਕਾਫੀ ਕੁਝ ਮਿਲਿਆ ਹੋਏਗਾ ਤੁਹਾਨੂੰ, ਰਾਹਤ ਮਿਲੀ ਹੋਏਗੀ? ਹਾਂਜੀ, ਉਹਨਾਂ ਦਾ ਫਾਇਦਾ ਬੜਾ ਮਿਲਿਆ, ਪਰ ਉਹਨਾਂ ਦਾ ਫਾਇਦਾ ਤਾਂ ਹੈ ਜੇ MLA ਦੀ ਵੋਟ ਹੁੰਦੀ ਫਿਰ ਉਹਨਾਂ ਨੂੰ ਪਾਉਣ ਦਾ ਫਾਇਦਾ ਸੀਗਾ, ਇਸ ਟਾਈਮ ਉੱਪਰੋਂ ਸਰਕਾਰ ਕਦੇ ਬਣਾ ਨਹੀਂ ਸਕਦੇ ਕਿਉਂਕਿ ਆਮ ਆਦਮੀ ਪਾਰਟੀ ਦੀ ਅਤੇ ਇੰਡੀਆ ਲੈਵਲ 'ਤੇ ਉਹਨਾਂ ਦੀ ਸਰਕਾਰ ਬਣ ਨਹੀਂ ਸਕਦੀ ਸੀ, ਇਸ ਕਰਕੇ ਗਾਂਧੀ ਆਪਾਂ ਧਰਮਵੀਰ ਗਾਂਧੀ ਨੂੰ ਪਾਈ ਵੋਟ, ਕਿਉਂਕਿ ਕਾਂਗਰਸ ਦੀ ਸਰਕਾਰ ਉੱਪਰ ਬਣ ਜਾਏਗੀ ਸੈਂਟਰ ਤੱਕ। ਬਿਲਕੁਲ, ਇਹ ਲੋਕ ਨੇ ਇੰਡੀਆ ਗੱਠਬੰਧਨ ਵੀ ਹੋਇਆ ਪਿਆ ਸੈਂਟਰ ਦੇ ਵਿੱਚ, ਜਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਐਗਜ਼ਿਟ ਪੋਲ ਕਾਫੀ ਕੁਝ ਬਿਆਨ ਕਰਦੇ ਨੇ, ਤਾਂ ਇਹ ਤਸਵੀਰਾਂ ਤੁਸੀਂ ਪਟਿਆਲਾ ਦੀਆਂ ਅੱਗੇ ਵੇਖ ਪਾ ਰਹੇ ਹੋ ਕਿ ਪਟਿਆਲਾ ਦੇ ਲੋਕ ਕੀ ਕੁਝ ਕਹਿ ਰਹੇ ਨੇ, ਕਿਸ ਦੀ ਸਰਕਾਰ ਇਸ ਵਾਰ ਪਟਿਆਲਾ ਦੇ ਵਿੱਚ ਚੁਣ ਰਹੇ ਨੇ, ਇਹ ਲੋਕਾਂ ਨੇ ਖੁਦ ਆਪਣੇ ਮੂੰਹੋਂ ਦੱਸਿਆ, ਤਾਂ ਦੇਖਣਾ ਹੋਵੇਗਾ ਕੱਲ੍ਹ ਨਤੀਜੇ ਆਉਣੇ ਨੇ, ਕਿਸ ਦੀ ਸਰਕਾਰ ਨੂੰ ਲੋਕ
ਵੋਟਾਂ ਪਾ ਕੇ ਲੋਕ ਸਭਾ ਦੇ ਵਿੱਚ ਭੇਜਦੇ ਨੇ ਜਾਂ ਸੈਂਟਰ ਦੇ ਵਿੱਚ ਕਿਸ ਦੀ ਸਰਕਾਰ ਆਉਂਦੀ ਹੈ, ਪੰਜਾਬ ਦੇ ਵਿੱਚ ਕਿਸ ਦੀ ਸਰਕਾਰ ਬਣਦੀ ਹੈ। ਕੈਮਰਾ ਪਰਸਨ ਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਵਲਜੀਤ ਕੰਬੋਜ, ਜਗਬਾਣੀ ਟੀਵੀ, ਪਟਿਆਲਾ।